Akhilesh Yadav ਤੇ ਹੁਣ Munawar Farooqi. Very disgracefully and sadly, Big Boss 17 ਦੇ ਵਿਨਰ Munawar Farooqi ਦਾ ਨਾਮ ਇਨਵੋਲਵ ਹੋਇਆ ਜਿੱਥੇ ਰੇਡ ਕੀਤੀ ਗਈ ਐਟ ਦ ਮੁੰਬਈ ਹੁੱਕਾ ਬਾਰ. ਪੂਰੀ ਕਹਾਣੀ ਕੀ ਹੈ ਆਓ ਦੱਸਦੇ ਹਾਂ. ਇਸ ਦੇ ਪਿੱਛੇ ਕੀ ਕਹਾਣੀ ਹੈ ਔਰ ਕਿਉਂ Munawar ਦਾ ਨਾਮ ਸਾਹਮਣੇ ਆਇਆ ਔਰ ਕੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਂ ਬੇਲ ਦੇ ਦਿੱਤੀ ਗਈ ਹੈ, ਉਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਦੱਸਦੇ ਇਸ ਵੀਡੀਓ ਦੇ ਵਿੱਚ. ਸ਼ੁਰੂਆਤ ਕਰਦੇ ਹਾਂ ਕਿ ਮੁੰਬਈ ਸਿਟੀ ਦੇ ਵਿੱਚ ਇੱਕ ਹੁੱਕਾ ਬਾਰ ਰਨ ਕੀਤਾ ਜਾ ਰਿਹਾ ਸੀ ਜੋ ਕਿ ਇਲੀਗਲੀ ਰਨ ਕੀਤਾ ਜਾ ਰਿਹਾ ਸੀ ਔਰ ਮੁੰਬਈ ਪੁਲਿਸ ਨੇ ਉੱਥੇ ਰੇਡ ਕੀਤੀ ਔਨ ਟਿਊਸਡੇ ਨਾਈਟ ਐਟ 10:30, ਜਿੱਥੇ ਇਹ ਰੇਡ ਸਵੇਰ ਦੇ 5 ਵਜੇ ਤੱਕ ਚੱਲੀ ਔਰ ਉਸ ਸਮੇਂ ਤੱਕ Munawar Farooqi ਇੰਕਲੂਡਿੰਗ 14 ਪੀਪਲ ਡਿਟੇਨ ਕੀਤੇ ਗਏ ਬਾਏ ਦ ਮੁੰਬਈ ਪੁਲਿਸ. ਪ੍ਰਾਈਮਰੀਲੀ ਇਸ ਹੁੱਕਾ ਬਾਰ ਤੇ ਰੇਡ ਕੀਤੀ ਗਈ ਜੋ ਕਿ ਇਲੀਗਲੀ ਰਨ ਕੀਤਾ ਜਾ ਰਿਹਾ ਸੀ ਔਰ ਉੱਥੋਂ 4400 ਕੈਸ਼ ਬਰਾਮਦ ਕੀਤਾ ਗਿਆ ਔਰ ਹੁੱਕਾ ਪਾਉਚ ਵੀ ਬਰਾਮਦ ਕੀਤੇ ਗਏ ਵਰਥ 13,500. ਪੁਲਿਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਕਿ Munawar Farooqi ਔਰ ਉਹਨਾਂ ਦੇ ਸਾਥੀਆਂ ਦੀ ਇੱਕ ਵੀਡੀਓ ਉਹਨਾਂ ਕੋਲ ਰਿਕਾਰਡਡ ਹੈ ਜਿਸ ਦੇ ਵਿੱਚ Munawar ਖੁਦ ਆਪ ਜੁਆਇੰਟ ਸਮੋਕ ਕਰਦੇ ਹੋਏ ਦੇਖੇ ਜਾ ਸਕਦੇ ਨੇ ਔਰ ਇੰਨਾ ਹੀ ਨਹੀਂ ਉਹਨਾਂ ਦੇ ਅਗੇਂਸਟ ਕੇਸ ਦਰਜ ਕੀਤਾ ਗਿਆ ਅੰਡਰ ਦ ਸੈਕਸ਼ਨ ਆਫ ਸਿਗਰਟਸ ਐਂਡ ਅਦਰ ਟੋਬੈਕੋ ਪ੍ਰੋਡਕਟਸ. ਰੇਡ ਦੇ ਦੌਰਾਨ ਛਾਨਬੀਨ ਦੇ ਦੌਰਾਨ Munawar Farooqi ਨੂੰ ਡਿਟੇਨ ਕੀਤਾ ਗਿਆ ਸੀ ਔਰ ਉਹਨਾਂ ਦੇ ਨਾਲ ਸੀਗੇ 14 ਹੋਰ ਲੋਕ, ਜਿੱਥੇ ਉਹਨਾਂ ਨੂੰ ਬਾਅਦ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਕਿਉਂਕਿ ਇਹ ਸਾਰੇ ਸੈਕਸ਼ਨਸ ਬੇਲੇਬਲ ਓਫੈਂਸ ਸੀਗੇ. Munawar ਅਤੇ ਉਹਨਾਂ ਦੇ 14 ਹੋਰ ਸਾਥੀਆਂ ਨੂੰ ਨੋਟਿਸ ਦੇ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ. ਬਟ ਇਸ ਤੋਂ ਪਹਿਲਾਂ ਦੱਸ ਦਈਏ ਕਿ 2021 ਦੇ ਵਿੱਚ ਵੀ ਸਟੈਂਡ ਅਪ ਕਾਮੇਡੀਅਨ ਐਂਡ ਆਲਸੋ ਬਿਗ ਬੋਸ 17 ਵਿਨਰ Munawar Farooqi ਤੇ ਇੱਕ ਕੇਸ ਦਰਜ ਕੀਤਾ ਗਿਆ ਸੀਗਾ ਜੋ ਸੀ ਹਰਟਿੰਗ ਰਿਲੀਜੀਅਸ ਸੈਂਟੀਮੈਂਟਸ. ਜੀ ਹਾਂ, ਇੱਕ ਸਟੈਂਡ ਅਪ ਸ਼ੋਅ ਦੇ ਦੌਰਾਨ Munawar ਨੇ ਹਿੰਦੂ ਦੇਵੀ ਦੇਵਤਾਵਾਂ ਦੇ ਉੱਤੇ ਕੁਝ ਅਜਿਹੇ ਬਿਆਨ ਕੱਸੇ ਸੀਗੇ, ਅਜਿਹੀਆਂ ਗੱਲਾਂ ਕਹੀਆਂ ਸੀ ਜਿਸ ਤੋਂ ਬਾਅਦ ਕਈ ਲੋਕਾਂ ਨੇ ਉਹਨਾਂ ਤੇ ਕੰਪਲੇਂਟ ਫਾਈਲ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਮਹੀਨਾ ਜੇਲ੍ਹ ਦੇ ਵਿੱਚ ਵੀ ਬਿਤਾਉਣਾ ਪਿਆ ਸੀ ਇਨ ਰਿਗਾਰਡ ਟੂ ਦਿਸ ਕੇਸ. ਇਸ ਕੇਸ ਦੇ ਕੌਨਸਕੁਐਂਸਿਸ ਤੋਂ ਬਾਅਦ Munawar Farooqi ਦੇ ਕਈ ਸ਼ੋਅਜ਼ ਕੈਂਸਲ ਹੋ ਗਏ ਸੀਗੇ ਜਿਸ ਤੋਂ ਬਾਅਦ ਫਾਈਨਲੀ ਉਹਨਾਂ ਨੇ ਕੁਇਟ ਕਰ ਦਿੱਤੀ ਸੀ ਸਟੈਂਡ ਅਪ ਕਾਮੇਡੀ. ਸਟੈਂਡ ਅਪ ਕਾਮੇਡੀ ਤਾਂ ਉਹਨਾਂ ਨੇ ਬੰਦ ਕਰ ਦਿੱਤੀ ਬਟ ਉਸ ਤੋਂ ਬਾਅਦ ਉਹਨਾਂ ਨੇ ਫੀਚਰ ਕੀਤਾ ਕਈ ਸ਼ੋਅਜ਼ ਦੇ ਵਿੱਚ ਜਿਸ ਦੇ ਵਿੱਚ ਇੱਕ ਨਾਮ ਸ਼ਾਮਿਲ ਹੁੰਦਾ ਹੈ ਬਿਗ ਬੋਸ 17 ਦਾ ਔਰ ਉਸਦੇ ਉਹ ਵਿਨਰ ਵੀ ਬਣ ਕੇ ਬਾਹਰ ਨਿਕਲੇ. ਬਿਗ ਬੋਸ 17 ਦੇ ਘਰ ਤੋਂ ਜਦ ਵਿਨਰ ਦੇ ਬਤੌਰ ਉਹ ਬਾਹਰ ਨਿਕਲੇ ਸੀਗੇ ਤਾਂ ਸਾਰਿਆਂ ਨੇ ਉਹਨਾਂ ਨੂੰ ਕਾਫ਼ੀ ਸਰਾਇਆ ਸੀਗਾ, ਜਿੱਥੇ ਕਿਹਾ ਸੀਗਾ ਕਿ ਡੋਂਗਰੀ ਉਹ ਇਸ ਟਰੋਫੀ ਨੂੰ ਲੈ ਕੇ ਪਹੁੰਚ ਰਹੇ ਨੇ ਔਰ ਉਹਨਾਂ ਨੇ ਡੋਂਗਰੀ ਦਾ ਮਾਨ ਵਧਾਇਆ ਹੈ ਇਸ ਟਰੋਫੀ ਨੂੰ ਵਿਨ ਕਰਕੇ. ਬਟ ਇਸੇ ਦੇ ਨਾਲ ਆਏ ਦਿਨ ਸਭ ਤੋਂ ਪਹਿਲਾਂ ਅਲਵਿਸ਼ ਯਾਦਵ ਅਤੇ ਹੁਣ Munawar Farooqi ਕਈ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਉਹਨਾਂ ਦੇ ਨਾਮ ਸਾਹਮਣੇ ਆ ਰਹੇ ਨੇ, ਜਿਸ ਤੋਂ ਬਾਅਦ ਆਮ ਜਨਤਾ ਇਹ ਸਵਾਲ ਖੜਾ ਕਰ ਰਹੀ ਹੈ ਕਿ ਆਖਿਰ ਇਹ ਯੂਥ ਕਿਹਨਾਂ ਲੋਕਾਂ ਨੂੰ ਫੋਲੋ ਕਰ ਰਹੀ ਹੈ ਔਰ ਕਿਹਨਾਂ ਲੋਕਾਂ ਨੂੰ ਜਿਤਾ ਰਹੀ ਹੈ ਇੰਨੇ ਵੱਡੇ ਟਾਈਟਲਸ.